ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਅਮਿਤ ਸ਼ਰਮਾ ਮੈਂ ਜਿਸ ਜਗ੍ਹਾ ਤੇ ਖੜ੍ਹਾ ਹਾਂ ਬਠਿੰਡਾ ਦਾ ਕਨਈਆ ਚੌਕ ਹੈ ਤੇ ਮੇਰੇ ਪਿੱਛੇ ਨਾਨਕ ਸਰ ਜੂਸ ਵਾਲਾ ਦੀ ਸਟਾਲ ਹੈ ਜਿਹੜਾ ਇਹ ਜੂਸ ਹੈਗਾ ਸਾਰਾ ਇਹ ਆਯੁਰਵੈਦਿਕ ਜੜੀਆਂ ਜੜੀ ਬੂਟੀਆਂ ਦਾ ਬਣਿਆ ਹੋਇਆ ਤੇ 30 ਰੁਪਏ ਦਾ ਜੂਸ ਦਾ ਗਲਾਸ ਹੈ ਜਿਹੜਾ ਕਿ ਆਮ ਤੌਰ ਦੇ ਉੱਤੇ ਜਿਹੜੀਆਂ ਲੋਕਾਂ ਨੂੰ ਹਰ ਕਿਸੇ ਨੂੰ ਬਿਮਾਰੀ ਹੈਗੀ ਹੈ ਚਾਹੇ ਉਹ ਪੇਟ ਦਰਦ ਹੈਗਾ ਜਾਂ ਪੇਟ ਦੀ ਗੈਸ ਹੈ ਜਾਂ ਜੋੜਾਂ ਦਾ ਦਰਦ ਹੈਗੇ ਜਾਂ ਸ਼ੂਗਰ ਹੈਗੀ ਹੈ ਜਾਂ weight ਵਧਾ weight ਘਟਾਉਣ ਵਾਸਤੇ ਵੀ ਲੋਕ ਬੜੇ ਵੱਖਰੇ ਵੱਖਰੇ ਤਰ੍ਹਾਂ ਦੇ ਪ੍ਰੋਡਕਟ ਖਾਂਦੇ ਆ ਵੀ weight ਵਧੇ ਜਾਂ weight ਘਟਾਉਣ ਵਾਸਤੇ ਵੀ ਖਾਂਦੇ ਆ ਤਾਂ ਇੱਥੋਂ ਤੱਕ ਕੀ 15 ਦਿਨਾਂ ਤੋਂ ਜਿਹੜਾ ਚਿੱਟਾ ਨਸ਼ਾ ਜਿਹੜਾ ਕੀ ਸਾਡੇ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰ ਰਿਹਾ ਉਹਨੂੰ ਵੀ ਛਡਾਉਂਦਾ ਦਾਅਵਾ ਕਰਦੇ ਨੇ ਨਾਨਕ ਸਰ ਜਿਹੜੇ ਜੂਸ ਵਾਲੇ ਨੇ ਤਾਂ ਲੁਧਿਆਣੇ ਦੇ ਵਿੱਚ ਇਹਨਾਂ ਦਾ ਜਿਹੜਾ ਸਟਾਲ ਉੱਥੇ ਲੱਗਦੇ ਆ ਜੂਸ ਦੇ ਸਾਰਾ ਤੁਸੀਂ ਦੇਖ ਸਕਦੇ ਹੋ ਇਹ ਮੌਕੇ ਦੇ ਉੱਤੇ ਤਿਆਰ ਹੁੰਦਾ ਜੂਸ ਤੇ ਗੁਰਸੇਵਕ ਸਿੰਘ ਜੀ ਮੇਰੇ ਨਾਲ ਨੇ ਗੁਰਸੇਵਕ ਜੀ ਦੱਸੋ ਬਠਿੰਡੇ ਆਣ ਦਾ ਕਿਵੇਂ ਵਿਚਾਰ ਬਣਾਇਆ ਕਿ ਆਪਾਂ ਨੂੰ ਬਠਿੰਡੇ ਸਟਾਲ ਲਾਈਏ ਤੇ ਜਿਹੜੀ ਜੂਸ ਤੁਸੀਂ ਵੇਚ ਰਹੇ ਹੋ ਕਿ ਕੀ ਕੀ ਫਾਇਦਾ ਕਰਦਾ ਹੈ ਪਹਿਲਾਂ ਤਾਂ ਵੈਗਰੂ ਜੀ ਕੇ ਖਾਲਸਾ ਵੈਗਰੂ ਜੀ ਕੀ ਫਤਿਹ ਹੈ ਜੀ ਮੈਂ ਤੁਹਾਡਾ ਆਇਆ ਦਾ ਵੀ ਜੀ ਆਇਆਂ ਕਹਨਾ ਤੁਸੀਂ ਆਏ ਹੋ ਅਸੀਂ ਜਿਹੜਾ ਜੂਸ ਪਲਾਉਨੇ ਆ ਪਹਿਲਾਂ ਆਪਾਂ 2 ਸਾਲ ਤੋਂ ਲੁਧਿਆਣੇ ਆਪਣਾ ਅਸ਼ਮੀਰ ਚੌਂਕ ਦੇ ਵਿੱਚ ਮਾਡਲ ਟਾਉਨ ਦੇ ਵਿੱਚ ਇੱਕ ਬ੍ਰਾਂਚ ਹੈ ਉਹ ਸਾਡੀ ਮੇਨ ਬ੍ਰਾਂਚ ਹੈ ਸਭ ਤੋਂ ਵੱਡੀ ਉੱਥੇ ਮੇਰੇ ਵੱਡੇ ਭਾਈ ਸਾਹਿਬ ਜਗਦੀਸ਼ ਸਿੰਘ ਜੀ ਬਾਬਾ ਜੀ ਉਹ ਬੈਠਦੇ ਨੇ ਅਸੀਂ ਇੱਥੇ ਆਏ ਆ ਵੀ ਅਸੀਂ ਉਸ ਜੂਸ ਦੇ ਨਾਲ ਅਸੀਂ ਹੁਣ ਕੰਮ ਨੂੰ ਅੱਗੇ ਵਧਾਉਣਾ ਚਾਹੁੰਦੇ ਸੀਗੇ ਕਿ ਇਸ ਕਰਕੇ ਅਸੀਂ ਬਠਿੰਡੇ ਪਹੁੰਚੇ ਹਾਂ ਜੀ ਤੇ ਦੱਸੋ ਜਿਹੜਾ ਜੂਸ ਹੈਗਾ ਕਿੰਨੇ ਰੁਪਏ ਦਾ ਗਲਾਸ ਹੈ ਤੇ ਜਿਹੜੇ ਲੋਕ ਪੀ ਕੇ ਜਾ ਰਹੇ ਕੀ ਰਿਪਲਾਈ ਦਿੰਦੇ ਕਿਉਂਕਿ ਪਹਿਲੀ ਵਾਰ ਆਏ ਹਾਂ ਬਠਿੰਡੇ ਤੁਸੀਂ ਅਸੀਂ ਬਠਿੰਡੇ ਦੇ ਵਿੱਚ ਪਹਿਲੀ ਵਾਰ ਆਏ ਹਾਂ ਸਾਡੇ ਕੋਲੇ ਬਠਿੰਡੇ ਤੋਂ ਉੱਥੇ ਕਾਫੀ ਮਰੀਜ਼ ਜਾਂਦੇ ਸੀਗੇ ਉਹਨਾਂ ਦੇ ਜ਼ੋਰ ਪਾਉਣ ਨਾਲ ਉਹਨਾਂ ਨੇ ਯਾਨੀ ਕਿ ਪ੍ਰੇਮ ਪਿਆਰ ਨਾਲ ਅਸੀਂ ਇੱਥੇ ਆਏ ਹਾਂ ਅਸੀਂ 30 ਰੁਪਏ ਦਾ ਗਲਾਸ ਦਿੰਨੇ ਹਾਂ ਜੀ 30 ਰੁਪਏ ਦੇ ਗਲਾਸ ਦੇ ਨਾਲ ਅਸੀਂ ਪੇਟ ਗੈਸ ਕਬਜ ਜੋੜਾਂ ਦੇ ਦਰਦਾਂ ਵਾਸਤੇ ਸ਼ੂਗਰ ਵਾਸਤੇ ਜੂਸ ਪਲਾਉਂਦੇ ਆ ਜੇ ਕੋਈ ਅਸੀਂ ਇਹ ਇੱਕ ਸੇਵਾ ਵਾਇਰਲ ਨੂੰ ਸਾਨੂੰ ਲਾਈ ਜਾ ਉਹ ਕਰ ਰਹੇ ਆ ਜਿੱਦਾਂ ਆਮ ਕੋਈ ਬਾਜ਼ਾਰ ਦੇ ਵਿੱਚ ਰੇਟ ਹੈ ਤਾਂ 100 ਰੁਪਏ ਤੋਂ ਘੱਟ ਕੋਈ ਗਲਾਸ ਨਹੀਂ ਦੇ ਰਿਹਾ ਜੂਸ ਦਾ ਅਸੀਂ ਨਿੰਬੂ ਚਕੰਦਰ ਤੇ ਦਵਾਈਆਂ ਪਾ ਕੇ 30 ਰੁਪਏ ਦਾ ਗਲਾਸ ਦਿੰਨੇ ਆ ਭਰਾਏ ਤੁਸੀਂ ਦੱਸਦੇ ਹੋ ਕਿ ਕੀ ਆਮ ਤੌਰ ਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਹੁੰਦਾ ਕਿ ਜੜੀ ਬੂਟੀਆਂ ਕਿਹੜੀ ਗਣੇ ਕਿਉਂਕਿ ਲੋਕ ਜਾਣਨਾ ਵੀ ਚਾਹੁੰਦੇ ਹੁੰਦੇ ਕਿ ਕੀ ਕੁਝ ਬੰਦਾ ਇਹਦੇ 'ਚ ਇਹਦੇ 'ਚ ਦੇਸੀ ਜੜੀਆਂ ਹੁੰਦੀਆਂ ਆ ਉਹ ਸਾਡੇ ਬਾਬਾ ਜੀ ਵੱਡੇ ਜਗਦੀਸ਼ ਸਿੰਘ ਜੀ ਦੱਸ ਦੇਣਗੇ ਬਦਾਂ ਆਪਣਾ YouTube ਦੇ ਉੱਤੇ ਦੱਸਿਆ ਹੋਇਆ ਜੇ ਤੁਸੀਂ ਸਰਚ ਮਾਰੋਗੇ ਨਾਨਕ ਸਰਜੂਸ ਵਾਲੇ ਤਾਂ ਉਹਦੇ ਵਿੱਚ ਕਾਫੀ ਯਾਨੀ ਕਿ ਜਿੰਨੀਆਂ ਦਵਾਈਆਂ ਪੌਣੀਆਂ ਉਹ ਡਿਟੇਲ ਦੇ ਵਿੱਚ ਦੱਸੀਆਂ ਹੋਈਆਂ ਨੇ ਵੀ ਆ ਜਿਹੜੇ ਜਿਹੜੇ ਪੈਕੇਟ ਅਸੀਂ ਦੇਖ ਰਹੇ ਇਹ ਪੈਕੇਟ ਦੇ ਵਿੱਚ ਕੀ ਕੀ ਹੈ ਇਹ ਦਿਖਾਓ ਦੱਸ ਹਾਂਜੀ ਇਮਿਊਨਿਟੀ ਵਧਾਉਂਦਾ ਹੈ ਜੇ ਇਮਿਊਨਿਟੀ ਵਧਾਉਂਦਾ ਹੈ ਇਸੇ ਕਰਕੇ ਹੀ ਬਿਮਾਰੀਆਂ ਠੀਕ ਹੁੰਦੀਆਂ ਜਦੋਂ ਸਾਡੇ ਵਿੱਚ ਵੀ ਇਹ ਤੋਂ ਬਾਅਦ ਹੂੰ ਤੁਸੀਂ ਬਠਿੰਡਾ ਚਾਹੇਓ ਕਿਦਾਂ ਦਾ ਰਿਸਪਾਂਸ ਹੈ ਲੋਕਾਂ ਦਾ ਇੱਥੇ ਕਿਵੇਂ ਲੋਕ ਪਸੰਦ ਕਰ ਰਹੇ ਨੇ ਬਠਿੰਡੇ ਦੇ ਬਹੁਤ ਹੀ ਵਧੀਆ ਲੋਕ ਨੇ ਬਹੁਤ ਸਾਨੂੰ ਪਿਆਰ ਕਰ ਰਹੇ ਆ ਤੇ ਬਹੁਤ ਹੀ ਪਸੰਦ ਕਰ ਰਹੇ ਆ ਜਿੰਨੇ ਵੀ ਸਾਡੇ ਕੋਲ ਵੀਰ ਆਉਂਦੇ ਆ ਜਿਨ੍ਹਾਂ ਨੂੰ ਅਸੀਂ ਜੂਸ ਪਲਾਇਆ ਸਾਨੂੰ ਇਹ ਆ ਕੇ ਦੱਸਦੇ ਆ ਵੀ ਅਸੀਂ ਠੀਕ ਆ 30 ਰੁਪਏ ਅਮਾਉਂਟ ਦੇ ਵਿੱਚ ਸਾਰਾ ਖਰਚਾ ਜਾਂ ਹੋਰ ਆਣ ਜਾਂ ਪੂਰਾ ਹੋ ਜਾਂਦਾ ਤੁਹਾਡਾ ਸਾਡਾ ਖਰਚਾ ਬਸ ਚੱਲ ਰਿਹਾ ਜੀ ਅਸੀਂ ਸੇਵਾ ਦੇ ਕਰਤੇ ਕਰ ਰਹੇ ਆ ਅਸੀਂ ਕਮਾਈ ਦੇ ਤੌਰ ਤੇ ਨਹੀਂ ਕਰ ਰਹੇ ਸਾਨੂੰ ਵਾਹਿਗੁਰੂ ਦੀ ਕਿਰਪਾ ਨਾਲ ਸੇਵਾ ਹੋ ਰਹੀ ਆ ਤੇ ਪਰਾਮਾ ਦਾ ਪਿਆਰ ਮਿਲ ਲਿਆ ਬਸ ਸਭ ਤੋਂ ਜ਼ਿਆਦਾ ਸਾਨੂੰ ਪਿਆਰ ਦੀ ਜ਼ਰੂਰਤ ਆ ਤੇ ਭਰਾ ਠੀਕ ਹੋ ਰਹੇ ਤੇ ਇਹਦੇ ਵਿੱਚ ਇੱਕ ਦੇਖਿਆ ਤੁਸੀਂ ਲਿਖਿਆ ਹੋਇਆ ਪਿੱਛੇ ਕਿ 15 ਦਿਨਾਂ ਦੇ ਵਿੱਚ ਜਿਹੜਾ ਚਿੱਟਾ ਚਿੱਟਾ ਨਸ਼ਾ ਬੜਾ ਸਾਡੀ ਨੌਜਵਾਨੀ ਕੋਖਲਾ ਕਰ ਰਿਹਾ ਉਹ ਕਿਵੇਂ ਠੀਕ ਹੁੰਦਾ ਹੈ ਹੋ ਜਾਂਦਾ ਇਹਦੇ ਨਾਲ ਹਾਂਜੀ ਉਹਨੂੰ ਅਸੀਂ ਨਾਲ ਇਹ ਦਵਾਈ ਦੇ ਨਾਲ ਜੂਸ ਕਲਾਉਨੇ ਆ ਉਹਦੇ ਵਿੱਚ ਕੀ ਆ ਚਿੱਟਾ ਉਸੇ ਬੰਦਿਆਂ ਨੂੰ ਅਸੀਂ ਦਵਾਈ ਦਿੰਨੇ ਆ ਜਿਹੜੇ ਛੱਡਣਾ ਚਾਹੁੰਦੇ ਆ ਜਿਹੜੇ ਯਾਨੀ ਕਿ ਉਦਾਂ ਆਪ ਦੀ ਲੋੜ ਮੁਤਾਬਕ ਪੀਂਦੇ ਆ ਯਾਨੀ ਕਿ ਸ਼ੌਂਕ ਨਾਲ ਪੀਂਦੇ ਆ ਉਹ ਨਹੀਂ ਸਾਡੀ ਦਵਾਈ ਨਾਲ ਛੱਡਦੇ ਨਾ ਅਸੀਂ ਉਹਨਾਂ ਨੂੰ ਦਵਾਈ ਦਿੰਨੇ ਆ ਕਿੰਨੇ ਇਸ ਤੋਂ ਪਹਿਲਾਂ ਕਿੰਨੇ ਇੱਕ ਲੈ ਤੁਹਾਡੇ ਕੋਲ ਦਵਾਈ ਲੈ ਚੁੱਕੇ ਆ ਜਿਹੜੇ ਚਿੱਟੇ ਦੇ ਆਪਣੇ ਕੋਲ ਬਾਹਲੇ ਤਾਂ ਨਹੀਂ ਵੀ ਮੈਂ ਦੱਸ ਸਕਦਾ ਵੀ ਯਾਨੀ ਕਿ 100 150 ਬੰਦਾ ਲੈ ਚੁੱਕੇ ਆਪਣੇ YouTube ਦੇ ਉੱਤੇ ਉਹਨਾਂ ਦੀਆਂ ਵੀਡੀਓ ਹੋ ਗਈਆਂ ਨੇ ਉਹ ਆਪ ਦੇ ਆਪ ਬੋਲ ਕੇ ਦੱਸ ਸਕਦੇ ਆ ਦੱਸ ਜਿਹੜੀ ਸ਼ੂਗਰ ਸ਼ੂਗਰ ਨੂੰ ਕਿਵੇਂ ਕੰਟਰੋਲ ਕਿੰਨੇ ਦਿਨਾਂ ਵਿੱਚ ਕੰਟਰੋਲ ਹੁੰਦੀ ਹੈ ਸ਼ੂਗਰ ਜੇ ਤਾਂ ਥੋੜੀ ਜੀ ਯਾਨੀ ਕਿ ਜੰਗ ਉਮਰ ਦੇ ਵਿੱਚ ਆ ਤਾਂ 5-7 ਦਿਨਾਂ ਦੇ ਵਿੱਚ ਕੰਟਰੋਲ ਹੋ ਜਾਂਦੀ ਹੈ ਨਹੀਂ 15-20 ਤਾਂ ਦੋ ਟਾਈਮ ਪੀਣਾ ਹਾਂਜੀ ਸੋ ਕੋਈ ਬੰਦਾ ਤੰਦਰੁਸਤ ਹੈ ਉਹ ਕਿਸ ਪਰਪਰ ਉਹਦੇ ਵਾਸਤੇ ਵਧੀਆ ਇਹ ਉਹਦੇ ਵਾਸਤੇ ਇਮਿਊਨਿਟੀ ਵਾਸਤੇ ਵਧੀਆ ਜੀ ਹਾਂਜੀ 30 ਰੁਪਏ ਦਾ ਗਲਾਸ 30 ਰੁਪਏ ਦਾ ਗਲਾਸ ਹੈ ਜੀ ਬਿਲਕੁਲ 30 ਰੁਪਏ ਦੇ ਗਲਾਸ ਦੇ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ ਨਾਨਕ ਸਰ ਜਿਹੜੇ ਨੇ ਜੂਸ ਵਾਲੇ ਨੇ ਜਿਨ੍ਹਾਂ ਦੀ ਜਗਰਾਉਂ ਤੇ ਲੁਧਿਆਣਾ ਸਟਾਲ ਹੈਗੀ ਹੈ ਬਾਈ ਜੀ ਬਠਿੰਡਾ ਦੇ ਨੇ ਇਹਨਾਂ ਨਾਲ ਗੱਲ ਕਰਦੇ ਆ ਬਾਈ ਜੀ ਤੁਸੀਂ ਦੱਸੋ ਇਹ ਆਪਣੇ ਪਹਿਲੀ ਵਾਰੀ ਹੋਇਆ ਬਠਿੰਡਾ 'ਚ ਕਿਉਂਕਿ ਜੂਸ ਦੇ ਕਰ ਇਹ ਇਸ ਰੋਡ ਦੀ ਗੱਲ ਕਰੀ ਤਾਂ ਇੱਥੋਂ ਸਟਾਰਟ ਹੋ ਜਾਂਦਾ 100 ਤੋਂ 150 ਤੱਕ ਦਾ ਗਲਾਸ ਮਿਲਦਾ ਹੈ ਜੂਸ ਦਾ ਤੇ ਇਹ ਜੂਸ ਤੁਸੀਂ ਪੀਤਾ ਤੁਸੀਂ ਦੱਸੋ ਕਿੰਦਾ ਦਾ ਤੁਹਾਨੂੰ ਲੱਗਿਆ ਪੀ ਕੇ ਇਹ ਜੂਸ ਬਿਲਕੁਲ ਮੈਨੂੰ ਨੇਚਰਲ ਲੱਗਿਆ ਜੀ ਮੈਂ ਰੁਟੀਨ ਚ ਆਪਾ ਪੀਨੇ ਆ ਖੰਡ ਤੇ ਬਰਫੀ ਪੀ ਜਾਂਦੇ ਆ ਇਹ ਜੂਸ ਸਾਮਣੇ ਬਣਾਉਂਦੇ ਆ ਲੋਹੇ ਦੀ ਕੜਾਹੀ ਚ ਬਣਾਉਂਦੇ ਆ ਜੀ ਜੇ ਜਦੋਂ ਮੈਂ 7-8 ਮਗਲਾਸ ਪੀਤਾ ਜਾਣੇ ਕਿ 10 ਦਿਨਾਂ ਦੇ ਵਿੱਚ ਵਿੱਚ ਤਾਂ ਮੈਨੂੰ ਆਪਣੇ ਆਪ ਨਰਸਰੀ ਨੂੰ એનર્ਜੀ ਜੀ ਮਹਿਸੂਸ ਹੋਣ ਲੱਗੀ ਤਾਂ ਹਾਂ ਲਗਾਤਾਰ ਪੀ ਰਿਹਾ ਮੈਂ ਗੋਨਿਆਨ ਮੰਡੀ ਤੋਂ ਆਉਣਾ ਮੈਂ ਕਈ ਵਾਰੀ ਸਪੈਸ਼ਲ ਜੂਸ ਪੀਣ ਵੀ ਆਈਦਾ ਜੀ ਤੇ ਹੁਣ ਮੈਨੂੰ 15 ਕ ਗਲਾਸ ਹੋ ਗਏ ਤਾਂ ਸਰੀਰ ਮਤਲਬ ਪੂਰੀ એનર્ਜੀ ਫੀਲ ਕਰਦਾ ਜੀ ਕੀ ਕਹੋਗੇ ਲੋਕਾਂ ਨੂੰ ਕਿਉਂਕਿ ਬਹੁਤ ਬਿਮਾਰੀਆਂ ਸਾਡੇ ਲੋਕਾਂ ਨੂੰ ਚਿੰਬੜੀਆਂ ਹੋਈਆਂ ਮਤਲਬ ਡਾਕਟਰਾਂ ਦੇ ਬੜੇ ਪੈਸੇ ਅਸੀਂ ਖਰਾਬ ਕਰ ਰਹੇ ਤੁਹਾਨੂੰ ਲੱਗਦਾ ਕਿ ਇਹ ਜੂਸ ਹਰ ਬੰਦਾ ਪੀ ਸਕਦਾ ਹੈ ਹਰ ਬੰਦੇ ਦੀ ਪਹੁੰਚ ਤੇ ਹੈਗਾ ਇਹ ਬਿਲਕੁਲ ਬਿਲਕੁਲ ਸਾਰੇ ਹਰੇਕ ਬੰਦੇ ਦੀ ਪਹੁੰਚ ਚ ਹੈ ਜੂਸ 30 ਰੁਪਏ ਕੁਛ ਵੀ ਨਹੀਂ ਨਾ ਮਾਤਰ ਰੇਟ ਹੈ ਜੀ ਜੋ ਕਿ ਅਸੀਂ ਬਾਜ਼ਾਰ 'ਚ 100 ਰੁਪਏ ਤੋਂ ਘੱਟ ਆਪਾਂ ਨੂੰ ਜੂਸ ਨਹੀਂ ਮਿਲਦਾ ਉਹ ਵੀ ਬਰਫ਼ ਤੇ ਖੰਡ ਹੀ ਹੁੰਦੀ ਹੈ ਸਰ ਇਹ ਆਪਾਂ ਨੂੰ ਕੁਦਰਤੀ ਚੀਜ਼ 30 ਰੁਪਏ 'ਚ ਮਿਲਦੀ ਹੈ ਬਿਲਕੁਲ ਨਾ ਮਾਤਰ ਰੇਟ ਹੈ ਜੀ ਜੀ ਬਿਲਕੁਲ ਨਾਰਕ ਸਰ ਜੂਸ ਵਾਲੇ ਜਿਨ੍ਹਾਂ ਦੀ ਸਟਾਲ ਜਿਹੜੀ ਆ ਬਟੰਡਾ ਵਿੱਚ ਕਨਈਆਂ ਚੌਂਕਸ ਲੱਗੀ ਹੈ ਸਾਰਾ ਦੇਖ ਰਹੇ ਤੁਸੀਂ ਸਾਹਮਣੇ ਜੂਸ ਬਣਾਇਆ ਜਾਂਦਾ ਲੋਹੇ ਦੀ ਕੜਾਈ ਹੈਗੀ ਇਸ ਕੜਾਈ ਵਿੱਚ ਤਿਆਰ ਹੁੰ ਇਤੋਂ ਤੱਕ ਕਿ ਚਿੱਟੇ ਤੱਕ ਦੀ ਜਿਹੜੀ ਦਵਾਈ ਆ ਉਹ ਵੀ ਇਹ ਦਿੰਦੇ ਨੇ ਜਿਹੜੇ ਲੋਕ ਚਿੱਟਾ ਛੱਡਣਾ ਚਾਹੁੰਦੇ ਆ ਉਹ ਵੀ ਇਹਨਾਂ ਕੋਲ ਪਹੁੰਚਦੇ ਆ ਤਾਂ 슈ਗਰ ਦਾ ਟ੍ਰੀਟਮੈਂਟ 슈ਗਰ ਦੇ ਮਰੀ ਜਿਹੜੇ ਉਹ ਵੀ ਠੀਕ ਹੁੰਦੇ ਆ ਤਾਂ ਤੁਸੀਂ ਦੇਖ ਰਹੇ ਹੋ ਅ ਹੋਰ ਵੀ ਕੁਝ ਲੋਕ ਹੈਗੇ ਇੱਥੇ ਉਹਨਾਂ ਨਾਲ ਗੱਲ ਕਰਦਾ ਬਾਈ ਜੀ ਬਟੰਡਾ ਜੀ ਪਹਿਲੀ ਵਾਰੀ ਆਪਣੇ ਲੱਗੇ ਸਟਾਲ ਇਹ ਬੜਾ ਛੋਟਾ ਜਾਂ 30 ਰੁਪਏ ਰੇਟ ਰੱਖਿਆ ਗਲਾਸ ਦਾ ਪਰ ਗੁਣਕਾਰੀ ਬਹੁਤ ਹੈ ਕੀ ਕਹਿਣਾ ਚਾਹੋਗੇ ਕਿ ਕਿਹੋ ਜਿਹਾ ਲੱਗਿਆ ਤੁਹਾਨੂੰ ਮੈਂ ਠੀਕ ਆ ਜੀ ਮੈਂ ਪੀਤਾ ਪੰਜ-ਛੇ ਦਿਨ ਪਹਿਲਾਂ ਇਹਨਾਂ ਦਾ ਹਾਂ ਜੀ ਪਰ ਕਿੱਲੇ ਠੀਕ ਆ ਵਧੀਆ ਲੱਗੇ ਮਿੰਤਾ ਆਪਣੇ ਹਾਂਜੀ ਹਾਂਜੀ ਹੈਜੀ ਕੁਆਲਿਟੀ ਵੇਟ ਵੀ ਬਹੁਤ ਘੱਟ ਹੈ ਹਾਂ ਮੈਨੂੰ ਤਾਂ ਐ ਵੀ ਤਾਕਤ ਵੀ ਲੱਗੇ ਦੇ ਨਾਲ ਜਿਵੇਂ ਸਰੀਰ ਨੂੰ ਮਿਲਦੀ ਹੁੰਦੀ ਹੈ ਬਿਲਕੁਲ ਇਹ ਤਸਵੀਰ ਜਿਹੜੀ ਤੁਹਾਨੂੰ ਦਿਖਾਈ ਐ ਸੀ ਇਹ ਬਠਿੰਡਾ ਦੇ ਕੜਾਈਆ ਚੌਂਕ ਦੇ ਵਿੱਚ ਨਾਨਕਸਰ ਜੂਸ ਵਾਲਿਆਂ ਦੀ ਸਟਾਲ ਹੈ ਜਿਹੜੇ ਦਾਵਾ ਕਰਦੇ ਨੇ ਕਿ 15 ਦਿਨਾਂ ਵਿੱਚ 슈ਗਰ ਲੈਵਲ ਡਾਊਨ ਹੋ ਜਾਂਦਾ ਹੈ 슈ਗਰ ਨਾਰਮਲ ਹੋ ਜਾਂਦੀ ਹੈ ਇਸ ਤੋਂ ਇਲਾਵਾ ਇਹ 30 ਰੁਪਏ ਦਾ ਜਿਹੜਾ ਜੂਸ ਦਾ ਗਲਾਸ ਹੈ ਕਈ ਤਰ੍ਹਾਂ ਦੀਆਂ ਖਤਰਨਾਕ ਬਿਮਾਰੀਆਂ ਤੋਂ ਬਚਾਉਂਦਾ ਇਮਿਊਨਿਟੀ ਬੂਸਟ ਕਰਦਾ ਜਿਵੇਂ ਕੋਰੋਨਾ ਦਾ ਬਿਮਾਰੀ ਦਾ ਖਤਰਾ ਚੱਲ ਰਿਹਾ ਤਾਂ ਇਸ ਕਰਕੇ ਲੋਕ ਜਿਹੜੇ ਦੂਸਰੇ ਜੂਸ ਵੀ ਪੀਂਦੇ ਆ ਜਾਂ ਹੋਰ ਕਈ એનર્ਜੀ ਡਰਿੰਕ ਪੀਂਦੇ ਆ ਇਸ ਕਰਕੇ ਉਹਨਾਂ ਨੂੰ ਚਾਹੀਦਾ ਹੈ ਕਿ ਜਿਹੜੀ ਆਰਗੇਨਿਕ ਹੈਗੀ ਜੜੀ ਬੂਟੀਆਂ ਸਾਡੇ ਪੁਰਾਣੇ ਸਮੇਂ ਤੋਂ ਵੈਦ ਜਿਹੜੇ ਆ ਉਹ ਯੂਜ਼ ਕਰਦੇ ਆ ਰਹੇ ਆ ਉਹਨਾਂ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਫਿਲਹਾਲ ਬਠਿੰਡਾ ਦੇ ਵਿੱਚ ਇਹਨਾਂ ਦਾ ਆਣ ਦਾ ਮਕਸਦ ਇਹ ਹੀ ਹੈ ਕਿ ਜਿਹੜਾ ਇਹ ਆਪਣਾ ਇੱਕ ਮੈਸੇਜ ਲੈ ਕੇ ਚੱਲਿਆ ਕਿ ਲੋਕਾਂ ਨੂੰ ਤੰਦਰੁਸਤ ਰੱਖਣਾ ਸਿਰਫ 30 ਰੁਪਏ ਦੇ ਨਾਲ ਹੀ ਲੋਕ ਇਹ ਜੂਸ ਪੀ ਕੇ ਤੰਦਰੁਸਤ ਹੋ ਸਕਦਾ ਤਾਂ ਉਹ ਸੇਵਾ ਇਹਨਾਂ ਦਾ ਕਹਿਣਾ ਕਿ ਅਸੀਂ ਅੱਗੇ ਵੀ ਜਾਰੀ ਰੱਖਾਂਗੇ ਕੈਮਰਾਮੈਨ ਸ਼ਵਿੰਦਰ ਤੇ ਨਾਲ ਅਮਿਤ ਸ਼ਰਮਾ ਡੇਲੀ ਪੁਸ ਪੰਜਾਬ